प्यारे बच्चों सत श्री अकाल ਅਸੀਂ ਅੱਜ ਪੜਾਂਗੇ 8ਵੀਂ ਜਮਾਤ ਦੀ ਕਹਾਣੀ ਜਦੋਂ ਦੰਦ ਬੋਲ ਪਿਆ ਜਿਸ ਦੇ ਲੇਖਕਾ ਹਨ ਡਾਕਟਰ ਹਰਸ਼ਿੰਦਰ ਕੋਰ ਇਸ ਵਿੱਚ ਉਹਨਾਂ ਨੇ ਦੱਸਿਆ ਕਿ ਸਾਨੂੰ ਦੰਦਾਂ ਦੀ ਕਿਵੇਂ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜੇ ਅਸੀਂ ਦੰਦਾਂ ਦੀ ਸਾਂਭ ਸੰਭਾਲ ਨਹੀਂ ਕਰਾਂਗੇ ਤੇ ਉਹਨਾਂ ਦੇ ਸਾਨੂੰ ਕੀ ਨੁਕਸਾਨ ਹੋ ਸਕਦੇ ਹਨ ਆਓ ਬੱਚਿਓ ਪਾਠ ਸ਼ੁਰੂ ਕਰਦੇ ਹਾਂ ਜਦੋਂ ਦੰਦ ਬੋਲ ਪਿਆ ਹੁਣ ਦੰਦ ਦੇਖੋ ਬੋਲ ਸਕਦਾ ਨਹੀਂ ਬੋਲ ਸਕਦਾ ਨਾ ਫਰਜਤੋਂ ਦੰਦ ਵਿੱਚ ਦਰਦ ਹੁੰਦਾ ਹੈ ਤਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਦਰਦ ਸਹਿਣਾ ਕਿੰਨਾ ਔਖਾ ਹੁੰਦਾ ਹੈ ਇੱਕ ਦਿਨ ਸਵੇਰੇ ਉੱਠੇ ਤਾਂ ਸਾਰਿਆਂ ਨੇ ਦੇਖਿਆ ਕਿ ਜੀਵ ਦੰਦ ਫੜੀ ਬੈਠਾ ਸੀ ਕੌਣ ਜੀਵ ਇਹ ਨਾਮ ਤੁਸੀਂ ਬੱਚਿਓ ਯਾਦ ਰੱਖਣਾ ਜੀਵ ਜਿਹਦੇ ਦੰਦ ਵਿੱਚ ਦਰਦ ਸੀ ਇਸ ਕਰਕੇ ਉਹ ਦੰਦ ਫੜੀ ਬੈਠਾ ਸੀ ਮੇਜਰ ਮਾਸੜ ਜੀ ਨੇ ਹੱਸ ਕੇ ਪੁੱਛਿਆ ਕਿਉਂ ਬਈ ਹਰਸ਼ ਮਾਸੀ ਜੀ ਦੀ ਦਵਾਈ ਨੇ ਅਸਰ ਨਹੀਂ ਕੀਤਾ ਇਹ ਵੀ ਤੁਸੀਂ ਨਾਮ ਯਾਦ ਰੱਖਣਾ ਮਾਸੀ ਜੀ ਦਾ ਹਰਸ਼ ਮਾਸੀ ਜੀ ਹਰਸ਼ ਮਾਸੀ ਇੱਕਦਮ ਬੋਲੀ ਦਵਾਈ ਇਕੱਲੀ ਕੀ ਕਰੇ ਇਸ ਨੂੰ ਕਿਹਾ ਸੀ ਕਿ ਸੌਣ ਤੋਂ ਪਹਿਲਾਂ ਦੰਦਾਂ ਤੇ ਬੁਰਸ਼ ਜ਼ਰੂਰ ਕਰੀ ਤੁਸੀਂ ਕਰਦੇ ਹੋ ਸੌਣ ਤੋਂ ਪਹਿਲਾਂ ਦੰਦਾਂ ਤੇ ਬੁਰਸ਼ ਨਹੀਂ ਕਰਦੇ ਤਾਂ ਕਰਨਾ ਸ਼ੁਰੂ ਕਰ ਦੇਣਾ ਅੱਗੇ ਪਤਾ ਲੱਗਦਾ ਹੈ ਕੀ ਇਹਦੇ ਨਾਲ ਕੀ ਨੁਕਸਾਨ ਨਹੀਂ ਜੇ ਆਪਾਂ ਰਾਤ ਨੂੰ ਸੌਣ ਲੱਗਿਆਂ ਦੰਦਾਂ ਤੇ ਬਰਸ਼ ਕਰਕੇ ਨਹੀਂ ਸੌਂਦੇ ਇਸ ਨੇ ਕੀਤਾ ਹੀ ਨਹੀਂ ਤੇ ਦੰਦਾਂ ਵਿੱਚ ਖਾਣਾ ਫਸਿਆ ਰਹਿ ਗਿਆ ਜਦੋਂ ਅਸੀਂ ਸੌਣ ਤੋਂ ਪਹਿਲਾਂ ਬ੍ਰਸ਼ ਨਹੀਂ ਕਰਦੇ ਤਾਂ ਫਿਰ ਕੀ ਹੁੰਦਾ ਹੈ ਜਿਹੜਾ ਅਸੀਂ ਖਾਣਾ ਖਾਧਾ ਸੀ ਉਹ ਦੰਦਾਂ ਦੇ ਵਿੱਚ ਫਸਿਆ ਰਹਿ ਜਾਂਦਾ ਹੈ ਉਸਦੇ ਕਣ ਦੰਦਾਂ ਵਿੱਚ ਫਸੇ ਰਹਿ ਜਾਂਦੇ ਹਨ ਫਿਰ ਕੀ ਹੁੰਦਾ ਹੈ ਕਿਟਾਣੂਆਂ ਨੇ ਹਮਲਾ ਬੋਲ ਦਿੱਤਾ ਜੇ ਦੋਨੇ ਬੁਰਸ਼ ਨਹੀਂ ਕੀਤਾ ਤਾਂ ਫਿਰ ਕੀ ਹੋਇਆ ਰਾਤ ਨੂੰ ਕਿ ਟਾਂ ਨੂੰ ਜਿਹੜੇ ਨੇ ਉਹ ਫਿਰ ਇਹਨਾਂ ਦੰਦਾਂ ਤੇ ਹਮਲਾ ਬੋਲ ਦਿੰਦੇ ਹਨ ਮੇਰਾ ਨਾ ਐਵੇਂ ਬਦਨਾਮ ਕਰੀ ਜਾਂਦਾ ਹੁਣ ਹਸ਼ਮਾਸੀ ਕੀ ਕਹਿੰਦੇ ਇਹਨੇ ਬ੍ਰਸ਼ ਤਾਂ ਕੀਤਾ ਨਹੀਂ ਤੇ ਮੇਰਾ ਨਾਮ ਬਦਨਾਮ ਕਰ ਰਿਹਾ ਹੈ ਇਹਨੇ ਨੂੰ ਹਿੱਤੀ ਆ ਪਹੁੰਚਿਆ ਮਾਸੀ ਜੀ ਮੈਨੂੰ ਮੰਮੀ ਨੇ ਦੱਸਿਆ ਸੀ ਕਿ ਨਾਨਾ ਜੀ ਦੇ ਹਾਲੇ ਤੇ ਮਾਸੀ ਜੀ ਕਿ ਨਾਨਾ ਜੀ ਦੇ ਹਾਲੇ 90 ਸਾਲ ਦੀ ਉਮਰ ਤੱਕ ਇੱਕ ਵੀ ਦੰਦ ਨਹੀਂ ਟੁੱਟਿਆ ਕਿੰਨੀ ਉਮਰ ਦਾ ਸੀ ਨਾਨਾ ਜੀ ਦੀ 90 ਸਾਲ ਦੀ ਪਰ ਹਜੇ ਤੱਕ ਇੱਕ ਵੀ ਦੰਦ ਨਹੀਂ ਟੁੱਟਿਆ ਕਿਉਂ ਇਹਦੇ ਵਿੱਚ ਅੱਗੇ ਪਤਾ ਲੱਗੇਗਾ ਜੀਵ ਦੇ ਹੁਣੇ ਤੋਂ ਹੀ ਟੁੱਟਣ ਲੱਗੇ ਨੇ ਇਹ ਕੀ ਗੱਲ ਹੋਈ ਇਹ ਕਿੰਨੇ ਪੁੱਛਿਆ ਹਿੱਤੀ ਨੇ ਕਿ ਨਾਨਾ ਜੀ ਦੇ ਤਾਂ 90 ਸਾਲ ਦੀ ਉਮਰ 'ਚ ਹਜੇ ਵੀ ਇੱਕ ਦੰਦ ਨਹੀਂ ਟੁੱਟਿਆ ਪਰ ਜੀਵ ਉਹਦੇ ਤਾਂ ਹੁਣੇ ਹੀ ਦੰਦ ਜਿਹੜੇ ਨੇ ਟੁੱਟਣ ਲੱਗ ਪਏ ਨੇ ਫੇਰ ਮਾਸੀ ਜੀ ਕਹਿਣ ਲੱਗੇ ਕਾਕਾ ਤੁਹਾਡੇ ਨਾਨਾ ਜੀ ਦੇ ਦੰਦਾਂ ਦਾ ਕੀ ਕਹਿਣਾ ਉਹ ਤਾਂ ਹੁਣ ਵੀ ਗੰਨੇ ਚੂਪ ਲੈਂਦੇ ਨੇ ਗੰਨੇ ਤਾਂ ਹੀ ਚੂਪ ਸਕਦੇ ਜੇ ਉਹਨਾਂ ਦਾ ਸਵਾਦ ਤਾਂ ਹੀ ਆ ਸਕਦਾ ਜੇ ਸਾਡੇ ਦੰਦ ਸਹੀ ਸਲਾਮਤ ਹੋਣ ਮਜ਼ਬੂਤ ਹੋਣ ਤੇ ਦੰਦਾਂ ਨਾਲ ਅਖਰੋਟ ਤੋੜ ਲੈਂਦੇ ਨੇ ਤੁਹਾਨੂੰ ਪਤਾ ਹੈ ਉਹਨਾਂ ਦੇ ਦੰਦਾਂ ਵਿੱਚ ਕੀ ਜਾਦੂ ਲੁਕਿਆ ਹੈ ਕੀ ਇਹੋ ਜਿਹਾ ਕਿਹੜਾ ਜਾਦੂ ਸੀ ਉਹਨਾਂ ਕੋਲ ਜਿਹੜਾ ਹੁਣ ਵੀ ਉਹ ਗੰਨੇ ਵੀ ਚੂਪ ਲੈਂਦੇ ਨੇ ਤੇ ਅਖਰੋਟ ਵੀ ਦੰਦਾਂ ਨਾਲ ਤੋੜ ਲੈਂਦੇ ਨੇ ਹੁਣ ਇਹ ਹੈ ਦੇਖੋ ਜਾਦੂ ਸੰਤੁਲਿਤ ਖੁਰਾਕ ਤਾਜ਼ੇ ਫਲ ਤੇ ਹਰੀਆਂ ਕੱਚੀਆਂ ਸਬਜ਼ੀਆਂ ਖਾਣੀਆਂ ਤੇ ਹਰ ਖਾਣੇ ਤੋਂ ਬਾਅਦ ਚੰਗੀ ਤਰ੍ਹਾਂ কুরਲੀ ਕਰਨੀ ਸਵੇਰੇ ਰੋਜ਼ ਨਿੰਮ ਦੀ ਦਾਤਨ ਕਰਨ ਤੇ ਹਰ ਰੋਜ਼ ਸਵੇਰੇ ਦੁਪਹਿਰੇ ਤੇ ਰਾਤ ਰੋਟੀ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਬੁਰਸ਼ ਕਰਨ ਦਾਈ ਕਮਾਲ ਹੈ ਇਹ ਕਿਹੜਾ ਕਮਾਲ ਸੀ ਕਿਹੜਾ ਜਾਦੂ ਸੀ ਨਾਨਾ ਜੀ ਕੋਲ ਪਹਿਲੀ ਸੀ ਸੰਤੁਲਿਤ ਖੁਰਾਕ ਸਾਨੂੰ ਜਿਹੜੀ ਆਪਣੀ ਖੁਰਾਕ ਹੈ ਉਹ ਸੰਤੁਲਿਤ ਰੱਖਣੀ ਚਾਹੀਦੀ ਹੈ ਸਾਰੇ ਪੋਸ਼ਟਿਕ ਤੱਤ ਉਹਦੇ ਚ ਮੌਜੂਦ ਹੋਣੇ ਚਾਹੀਦੇ ਨੇ ਤੇ ਅਗਲੀ ਚੀਜ਼ ਕੀ ਸੀ? ਤਾਜੇ ਫਲ ਤੇ ਹਰੀਆਂ, ਕੱਚੀਆਂ ਸਬਜ਼ੀਆਂ ਖਾਣੀਆਂ। ਸਾਨੂੰ ਸਲਾਦ ਦੇ ਵਿੱਚ ਹਰੀਆਂ ਕੱਚੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਫਿਰ ਅਗਲੀ ਚੀਜ਼ ਕੀ ਹੈ? ਹਰ ਖਾਣੇ ਤੋਂ ਬਾਅਦ ਕੁਰਲੀ ਕਰਨੀ। ਚੌਥੀ ਚੀਜ਼ ਕੀ ਹੈ? ਸਵੇਰੇ ਰੋਜ਼ ਨਿੰਮ ਦੀ ਦਾਤਨ ਕਰਨੀ। ਫਿਰ ਅਗਲੀ ਹਰ ਰੋਜ਼ ਸਵੇਰੇ, ਦੁਪਹਿਰੇ ਤੇ ਰਾਤ ਤਿੰਨੋਂ ਟਾਈਮ ਰੋਟੀ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਬੁਰਸ਼ ਕਰਨਾ ਜੇ ਤੁਸੀਂ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤੇ ਤੁਹਾਡੇ ਦੰਦ ਵੀ ਕਦੀ ਨਹੀਂ ਦੁਖਣਗੇ ਅਗਲੀ ਚੀਜ਼ ਹੈ ਮਸੂੜਿਆਂ ਦੀ ਮਾਲਿਸ਼ ਵੀ ਤਾਂ ਚੰਗੀ ਤਰ੍ਹਾਂ ਦਬਾ ਕੇ ਰੋਜ਼ ਦੋ ਵਾਰ ਕਰਦੇ ਨੇ ਕਿਉਂਨਾਂ ਨੂੰ ਵੀ ਤਾਂ ਤਾਕਤ ਦੇਣ ਦੀ ਲੋੜ ਹੈ ਜੇ ਉਹਨਾਂ ਦੀ ਮਾਲਿਸ਼ ਕਰਾਂਗੇ ਮਸੂੜਿਆਂ ਦੀ ਤਾਂ ਫਿਰ ਕਦੇ ਵੀ ਸਾਡੇ ਦੰਦ ਜਿਹੜੇ ਉਹ ਨਹੀਂ ਦੁਖਣਗੇ ਨਾਨੂ ਆਪਣਾ ਛੋਟਾ ਜਿਹਾ ਬੁਰਸ਼ ਚੁੱਕ ਕੇ ਲੈ ਆਇਆ ਤੇ ਕਹਿਣ ਲੱਗਾ ਮੈਂ ਵੀ ਰੋਜ਼ ਦੋ ਵਾਰ ਬੁਰਸ਼ ਕਰਦਾ ਹਾਂ ਮੇਰੇ ਦੰਦ ਵੀ ਨਾਨਾ ਜੀ ਵਾਂਗ ਚਮਕਦੇ ਨੇ ਹੁਣ ਹੈਰੀ ਬੋਲਿਆ ਵੇਖੋ ਤਾਂ ਸਹੀ 3 ਫੁੱਟ ਦਾ ਅਜੇ ਹੋਇਆ ਨਹੀਂ ਤੇ ਬਰਾਬਰੀ ਕਰਨ ਲੱਗਾ ਨਾਨਾ ਜੀ ਦੀ ਪਿੱਦਾ ਜਿਹਾ ਛੋਟਾ ਜਿਹਾ ਬੱਚਾ ਹੈ ਨਾਨੂ ਕਿ ਉਹ ਕੀ ਕਹਿ ਰਿਹਾ ਮੈਂ ਵੀ ਦੋ ਵਾਰ ਬੁਰਸ਼ ਰੋਜ਼ ਕਰਦਾ ਹਾਂ ਹਰਸ਼ ਮਾਸੀ ਨੇ ਦੱਸਿਆ ਤੁਸੀਂ ਸਾਰੇ ਬੁਰਸ਼ ਵੀ ਠੀਕ ਤਰ੍ਹਾਂ ਨਹੀਂ ਕਰ ਰਹੇ ਹੋ ਕਿਸ ਤਰ੍ਹਾਂ ਕਰ ਰਹੇ ਹੋ ਅੱਗੇ ਦੱਸਾਂਗੇ ਆਓ ਮੈਂ ਤੁਹਾਨੂੰ ਸਭ ਨੂੰ ਅੱਜ ਬੁਰਸ਼ ਕਰਨਾ ਸਿਖਾਵਾਂ ਕਿ ਬੁਰਸ਼ ਕਿਵੇਂ ਕਰਨਾ ਸਾਨੂੰ ਇਹ ਤਰੀਕਾ ਵੀ ਸਹੀ ਤਰ੍ਹਾਂ ਸ਼ਾਇਦ ਨਹੀਂ ਆਉਂਦਾ ਤੇ ਹਰਸ਼ ਮਾਸੀ ਜੀ ਬੱਚਿਆਂ ਨੂੰ ਵੀ ਸਿਖਾ ਰਹੇ ਤੇ ਤੁਸੀਂ ਵੀ ਇਹ ਸਿੱਖਣਾ ਹੈ ਹੈਰੀ ਨੇ ਦੱਸਿਆ ਐਨੇ ਸਾਲਾਂ ਤੋਂ ਬੁਰਸ਼ ਕਰ ਰਹੇ ਹਾਂ ਹੁਣ ਤੁਸੀਂ ਬੁਰਸ਼ ਕਰਨ ਦਾ ਕਿਹੜਾ ਨਵਾਂ ਤਰੀਕਾ ਦੱਸਣ ਲੱਗੇ ਹੋ ਕਿ ਕਿਹੜਾ ਨਵਾਂ ਤਰੀਕਾ ਹੁਣ ਆ ਗਿਆ ਇਸ ਸਮੇਂ ਦੇ ਵਿੱਚ ਜਿਹੜਾ ਸਾਨੂੰ ਨਹੀਂ ਪਤਾ ਕੋਈ ਨਵੀਂ ਕਿਸਮ ਦਾ ਬੁਰਸ਼ ਬਣ ਗਿਆ ਕੀ ਉਹ ਕਹਿ ਰਿਹਾ ਕਿ ਬੁਰਸ਼ ਹੀ ਨਵੀਂ ਕਿਸਮ ਦਾ ਬਣ ਗਿਆ ਮਾਸੀ ਜੀ ਕੀ ਕਹਿੰਦੇ ਬਈ ਹੈਰੀ ਕੋਈ ਨਵਾਂ ਬੁਰਸ਼ ਨਹੀਂ ਸਿਰਫ ਬੁਰਸ਼ ਨੂੰ ਸਹੀ ਤਰੀਕੇ ਨਾਲ ਵਰਤਣਾ ਹੀ ਸਿਖਾਉਣ ਲੱਗੀਆਂ ਤੁਸੀਂ ਰੋਜ਼ 10 ਸਕਿੰਟ ਕਿੰਨੇ ਦਸ ਸਕਿੰਟ ਬਾਅਦ ਥੋੜੇ ਜੇ ਸਮੇਂ ਵਿੱਚ ਬੁਰਸ਼ ਨੂੰ ਦੰਦਾਂ ਉੱਤੇ ਇੱਧਰ ਉੱਧਰ ਰਗੜ ਕੇ ਕੁਰਲੀ ਕਰ ਲੈਂਦੇ ਹੋ ਪਰ ਇਸ ਤਰ੍ਹਾਂ ਮਸੂੜੇ ਵੀ ਰਗੜੇ ਜਾਂਦੇ ਨੇ ਕਿ ਕਹਿੰਦੇ ਜਿਸ ਤਰ੍ਹਾਂ ਤੁਸੀਂ ਬੁਰਸ਼ ਕਰਦੇ ਹੋ ਫਟਾਫਟ ਤੇ ਇਹਦੇ ਨਾਲ ਕੀ ਹੁੰਦਾ ਹੈ ਮਸੂੜਿਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਤੇ ਉਹ ਵੀ ਰਗੜੇ ਜਾਂਦੇ ਨੇ ਤੇ ਹੌਲੀ-ਹੌਲੀ ਦੰਦਾਂ ਦੀ ਜੜ ਵੀ ਨੰਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਸੂੜੇ ਜਦੋਂ ਰਗੜੇ ਜਾਣਗੇ ਜਾਂ ਉਹਨਾਂ ਤੇ ਜਦੋਂ ਚੋਟ ਲੱਗੇਗੀ ਤਾਂ ਫਿਰ ਕੀ ਹੋਏਗਾ ਸਾਡੇ ਦੰਦਾਂ ਦੀ ਜੜ ਵੀ ਨੰਗੀ ਹੋ ਜਾਏ ਕਿਉਂਕਿ ਮਸੂੜਿਆਂ ਨੇ ਹੀ ਦੰਦਾਂ ਨੂੰ ਸੰਭਾਲ ਰੱਖਿਆ ਹੁੰਦਾ ਹੈ ਤੇ ਜੇ ਉਹਨਾਂ ਨੂੰ ਨੁਕਸਾਨ ਹੋ ਗਿਆ ਤੇ ਦੰਦਾਂ ਦੀਆਂ ਜੜਾਂ ਜਿਹੜੀਆਂ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਤੇ ਫਿਰ ਦੰਦ ਕਮਜ਼ੋਰ ਪੈ ਸਕਦੇ ਨੇ ਮਾਸੀ ਨੇ ਅੱਗੇ ਗੱਲ ਤੋਰੀ ਉੱਪਰਲੇ ਦੰਦ ਨੂੰ ਉੱਪਰੋਂ ਹੇਠਾਂ ਵੱਲ ਤੇ ਹੇਠਲੇ ਦੰਦਾਂ ਨੂੰ ਹੇਠੋਂ ਉੱਪਰ ਵੱਲ ਬੁਰਸ਼ ਕਰੀਏ ਕੀ ਤਰੀਕਾ ਤੁਸੀਂ ਵੀ ਬੱਚੇ ਸਿੱਖਣਾ ਹੈ ਕੀ ਕਰਨਾ ਹੈ ਉੱਪਰਲੇ ਦੰਦਾਂ ਨੂੰ ਉਪਰੋਂ ਹੇਠਾਂ ਵੱਲ ਤੇ ਹੇਠਲੇ ਦੰਦਾਂ ਨੂੰ ਹੇਠੋਂ ਉੱਪਰ ਵੱਲ ਬੁਰਸ਼ ਕਰਨਾ ਚਾਹੀਦਾ ਆ ਦੇਖੋ ਉੱਪਰਲੇ ਦੰਦਾਂ ਨੂੰ ਉਪਰੋਂ ਹੱਲੇ ਤੇ ਹੇਠਲੇ ਵਾਲਿਆਂ ਨੂੰ ਹੇਠੋਂ ਉੱਪਰ ਇਸੇ ਹੀ ਤਰ੍ਹਾਂ ਦੰਦਾਂ ਦੇ ਅੰਦਰਲੇ ਪਾਸੇ ਵੀ ਕਰਨਾ ਹੁੰਦਾ ਹੈ ਯਾਨੀ ਕਿ ਆਪਾਂ ਅੰਦਰਲੇ ਪਾਸੇੋਂ ਦੰਦ ਸਾਫ਼ ਹੀ ਨਹੀਂ ਕਰਨੇ ਬਾਰੋ-ਬਾਰੋ ਕਰ ਲਈਏ ਇਹ ਅੰਦਰਲੇ ਪਾਸਿਆਂ ਵੀ ਦੰਦਾਂ ਨੂੰ ਉਸੇ ਤਰ੍ਹਾਂ ਹੀ ਸਾਫ਼ ਕਰਨਾ ਹੈ ਕਿਉਂ ਕਿਉਂਕਿ ਫਿਰ ਜਿਹੜਾ ਦੰਦਾਂ ਵਿੱਚਕਾਰ ਫਸਿਆ ਖਾਣਾ ਬਾਹਰ ਨਿਕਲ ਜਾਏ ਜਿਹੜੇ ਖਾਣੇ ਦੇ ਕਣ ਦੰਦਾਂ ਵਿੱਚ ਫਸੇ ਰਹਿ ਜਾਂਦੇ ਹਨ ਜਦੋਂ ਅਸੀਂ ਚੰਗੀ ਤਰ੍ਹਾਂ ਬਰਸ਼ ਕਰਾਂਗੇ ਤਾਂ ਉਹ ਕਣ ਜਿਹੜੇ ਨੇ ਬਾਹਰ ਨਿਕਲ ਜਾਣਗੇ ਤੇ ਫਿਰ ਕਿਟਾਣੂ ਉਹਨਾਂ ਤੇ ਹਮਲਾ ਨਹੀਂ ਕਰ ਸਕਣਗੇ ਛੋਟੇ ਬੱਚੇ ਦੇ ਪਹਿਲੀ ਦੰਦੀ ਨਿਕਲਦੇ ਸਾਰ ਮਲਮਲ ਦੇ ਕੱਪੜੇ ਨਾਲ ਦੇਖੋ ਬਹੁਤ ਸੌਫਟ ਕਪੜਾ ਹੁੰਦਾ ਹੈ ਮਲਮਲ ਦਾ ਮਲਮਲ ਦੇ ਕੱਪੜੇ ਨਾਲ ਰੋਸ ਸਾਫ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਦੋਂ ਛੋਟੇ ਬੱਚਿਆਂ ਦੇ ਦੰਦ ਨਿਕਲਨੇ ਸ਼ੁਰੂ ਹੁੰਦੇ ਨੇ ਕਹਿੰਦੇ ਨੇ ਜੋ ਪਹਿਲੀ ਦੰਦੀ ਨਿਕਲ ਜੇ ਮਲਮਲ ਦੇ ਕੱਪੜੇ ਨਾਲ ਉਸ ਨੂੰ ਅੱਛੀ ਤਰ੍ਹਾਂ ਸਾਫ ਕਰਨਾ ਹੈ ਇਹ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਹ ਨਹੀਂ ਕਿ ਜਦੋਂ ਵੱਡਾ ਹੋਏਗਾ ਫੇਰ ਬ੍ਰਸ਼ ਕਰੇਗਾ ਤੇ ਸਵਾ ਸਾਲ ਦੀ ਉਮਰ ਤੇ ਨਰਮ ਜਿਆ ਬੁਰਸ਼ ਸ਼ੁਰੂ ਕਰ ਦੇਣਾ ਚਾਹੀਦਾ ਜਦੋਂ ਸਵਾ ਖਸਾਲ ਦਾ ਹੋਈ ਸਾਲ ਸਵਾ ਸਾਲਦ ਉਦੋਂ ਨਰਮ ਬੁਰਸ਼ ਜਿਹੜਾ ਉਹ ਬੱਚੇ ਨੂੰ ਦੇਣਾ ਚਾਹੀਦਾ ਪਰ ਬਿਨਾ ਪੇਸ ਤੇ ਪੇਸ ਨਹੀਂ ਲਗਾਣੀ ਉਹਦੇ ਬਿਨਾ ਪੇਸ ਤੋਂ ਉਹਨੂੰ ਬੁਰਸ਼ ਦੇਣਾ ਕਿਹੜਾ ਨਰਮ ਜਿਆ ਮਾਸੀ ਜੀ ਨੇ ਨਾਨੂ ਨੂੰ ਚੁੱਕ ਕੇ ਗੋਦੀ ਵਿੱਚ ਲਿਆ ਤੇ ਕਹਿਣ ਲੱਗੇ ਬੇਟੇ ਕਿਸੇ ਹੋਰ ਦਾ ਬੁਰਸ਼ ਤਾਂ ਬਿਲਕੁਲ ਨਹੀਂ ਵਰਤਣਾ ਕਿਉਂ ਕਿ ਕਿਸੇ ਦਾ ਬੁਰਸ਼ ਨਹੀਂ ਲੈਣਾ ਕਿਉਂ ਕਿ ਕਿਉਂਕਿ ਜਿਹੜੇ ਕਿਟਾਣੂ ਦੰਦਾਂ ਵਿੱਚੋਂ ਮੋਰੀਆਂ ਕਰਦੇ ਨੇ ਉਹ ਇੱਕ ਤੋਂ ਦੂਜੇ ਦੇ ਮੂੰਹ ਵਿੱਚ ਚਲੇ ਜਾਂਦੇ ਨੇ ਜਦੋਂ ਅਸੀਂ ਕਿਸੇ ਦਾ ਬੁਰਸ਼ ਕਰਾਂਗੇ ਤਾਂ ਜਿਹੜੇ ਉਹਦੇ ਬੁਰਸ਼ ਵਿੱਚ ਕਿਟਾਣੂ ਫਸੇ ਨੇ ਤੇ ਜਿਹੜਾ ਦੂਸਰਾ ਵਿਅਕਤੀ ਕਰੇਗਾ ਤੇ ਉਹਦੇ ਮੂੰਹ ਵਿੱਚੋਂ ਚਲੇ ਜਾਣਗੇ ਤੇ ਦੂਜੇ ਦੇ ਦੰਦਾਂ ਵਿੱਚ ਵੀ ਮੋਰੀ ਕਰ ਸਕਦੇ ਨੇ ਤੈਨੂੰ ਪਤਾ ਹੈ ਨਾ ਜੀਵ ਦੇ ਮੂੰਹ ਵਿੱਚ ਕੀੜਾ ਹੈ ਤੇ ਉਹ ਤੇਰੇ ਮੂੰਹ ਵਿੱਚ ਵੀ ਚਲਾ ਜਾਏਗਾ ਆ ਦੇਖੋ ਇਸ ਲਈ ਉਹਦਾ ਬੁਰਸ਼ ਨਹੀਂ ਲੈਣਾ ਸੋ ਕੀ ਇੱਕਦਮ ਬੋਲੀ ਮਾਸੀ ਤੁਸੀਂ ਐਵੇਂ ਐਵੇਂ ਹੀ ਕਹਿ ਰਹੇ ਹੋ ਨਾ ਕਿ ਛੋਟੇ ਬੱਚੇ ਨੂੰ ਤੁਸੀਂ ਐਵੇਂ ਵਰਗ ਲਾ ਰਹੇ ਹੋ ਨਾ ਐਵੇਂ ਐਵੇਂ ਕਹਿ ਰਹੇ ਹੋ ਕੀੜਾ ਤਾਂ ਦੂਜੇ ਦੇ ਮੂੰਹ ਵਿੱਚ ਨਹੀਂ ਜਾਂਦਾ ਇੰਨੇ ਨੂੰ ਮਾਸੜ ਜੀ ਕਮਰੇ ਵਿੱਚ ਆਏ ਤੇ ਕਹਿਣ ਲੱਗੇ ਤੁਹਾਡੀ ਮਾਸੀ ਸੱਚ ਕਹਿ ਰਹੀ ਐ ਸਟੈਪਟੋਕੋਕਸ ਮਿਊਟੈਨਸ ਨਾ ਦਾ ਕੀਟਾਣੂ ਮਾਪਿਆਂ ਤੋਂ ਜਾਂ ਘਰ ਦੇ ਹੋਰ ਜੀਆਂ ਦੇ ਮੂੰਹ ਵਿੱਚੋਂ ਛੋਟੇ ਬੱਚੇ ਦੇ ਮੂੰਹ ਵਿੱਚ ਜਾ ਸਕਦਾ ਆ ਦੇਖੋ ਉਹਦੀ ਤਸਵੀਰ ਬਣਾਈ ਐ ਸਟੈਪਟੋਕੋਕਸ ਮਿਊਟੈਨਸ ਇਹ ਕਿਟਾਣੂ ਦਾ ਨਾਮ ਹੈ। ਇਸੇ ਹੀ ਤਰ੍ਹਾਂ ਇੱਕ ਦੂਜੇ ਦਾ ਬੁਰਸ਼ ਵਰਤਨ ਤੇ ਵੀ ਕੀੜਾ ਲੱਗਣ ਦਾ ਖਤਰਾ ਹੋ ਸਕਦਾ ਹੈ। ਜਾਂ ਮਸੂੜੇ ਵਿੱਚ ਪਈ ਪੀਕ ਦੂਜੇ ਦੇ ਮੂੰਹ ਵਿੱਚ ਜਾ ਸਕਦੀ ਹੈ। ਕਈ ਵਾਰ ਦੰਦਾਂ ਵਿੱਚ ਦਰਦ ਹੋਣਾ ਪਾਸ ਪੈ ਜਾਂਦੀ ਹੈ ਨਾ। ਤੇ ਉਹ ਵੀ ਜੇ ਅਸੀਂ ਕਿਸੇ ਦਾ ਬੁਰਸ਼ ਲਵਾਂਗੇ ਤਾਂ ਉਹ ਵੀ ਦੂਸਰੇ ਦੇ ਮੂੰਹ ਵਿੱਚ ਜਾ ਸਕਦੀ ਹੈ। ਤੁਹਾਡੇ ਦੰਦਾਂ ਵਿੱਚ ਖਾਣ ਦੀ ਰਹਿ ਖੋਦ ਉੱਤੇ ਉਹ ਇਹ ਕੀੜੇ ਹਮਲਾ बोल ਦਿੰਦੇ ਨੇ ਜੋ ਬਚਿਆ ਖੁਚਿਆ ਸਾਡੇ ਦੰਦਾਂ ਵਿੱਚ ਫਸਿਆ ਰਹਿ ਜਾਂਦਾ ਹੈ ਫਿਰ ਕੀ ਹੁੰਦਾ ਹੈ ਜਿਹੜੇ ਕੀੜੇ ਨੇ ਇਹ ਵਾਲੇ ਉਹ ਉਸ ਉੱਤੇ ਹਮਲਾ ਬੋਲਦੇ ਨੇ ਤੇ ਫਿਰ ਜਿਹੜੇ ਰਸ ਪੈਦਾ ਹੁੰਦੇ ਨੇ ਉਹ ਤੁਹਾਡੇ ਦੰਦਾਂ ਦੀ ਇਨੈਮਲ ਨੂੰ ਖੋਰ ਕੇ ਰੱਖ ਦਿੰਦੇ ਨੇ ਇਨੈਮਲ ਸਾਡੇ ਦੰਦਾਂ ਦੀ ਜਿਹੜੀ ਬਾਹਰਲੀ ਪਰਤ ਹੈ ਇਹਨੂੰ ਇਨੈਮਲ ਕਿਹਾ ਜਾਂਦਾ ਹੈ ਫਿਰ ਕੀ ਹੁੰਦਾ ਜਿਸ ਨਾਲ ਦੰਦਾਂ ਵਿੱਚ ਮੋਰੀ ਹੋ ਜਾਂਦੀ ਹੈ ਜਦੋਂ ਇਹ ਪਰਤ ਹੌਲੀ-ਹੌਲੀ ਖੁਰਨੀ ਸ਼ੁਰੂ ਹੁੰਦੀ ਤੇ ਫਿਰ ਉਹ ਦੰਦਾਂ ਦੇ ਵਿੱਚ ਮੋਰੀ ਬਣ ਜਾਂਦੀ ਆ ਦੇਖੋ ਦਿਖਾਈ ਗਈ ਹੈ ਇਹਦੇ ਵਿੱਚ ਸਿਰਫ ਇਹਨਾਂ ਨੂੰ ਦੱਸਣ ਲਈ ਤੁਹਾਡੀ ਮਾਸੀ ਨੇ ਤੁਹਾਨੂੰ ਬੰਨੀ ਰੱਖਿਆ ਇਹਨਾਂ ਕਹਿੰਦੇ ਹੋਏ ਮਾਸੜ ਜੀ ਆਪਣੀ ਅਖਬਾਰ ਚੁੱਕ ਕੇ ਕਮਰੇ ਤੋਂ ਬਾਹਰ ਨਿਕਲ ਗਏ ਮਾਸੀ ਆਪਣੀ ਗੱਲ ਜਾਰੀ ਰੱਖਦੇ ਆ ਬੋਲੀ ਇਹ ਨਾਮੁਰਾਦ ਕਿਟਾਣੂ ਪਹਿਲੀ ਦੰਦੀ ਦੇ ਨਾਲ ਹੀ ਮਸੂੜਿਆਂ ਤੋਂ ਦੰਦ ਉੱਪਰ ਆ ਕੇ ਬਹਿ ਜਾਂਦੇ ਨੇ ਤੇ ਜਦੋਂ ਖਾਣਾ ਜਾਂ ਦੁੱਧ ਫਸਿਆ ਮਿਲਦਾ ਹੈ ਬਸ ਹਮਲਾ ਬول ਦਿੰਦੇ ਨੇ ਤੇ ਦੰਦ ਨੂੰ ਗਾਲ ਕੇ ਪਲਪ ਤੱਕ ਪਹੁੰਚ ਜਾਂਦੇ ਨੇ ਦੰਦ ਦੇ ਅੰਦਰ ਤੱਕ ਪਹੁੰਚ ਜਾਂਦੇ ਨੇ ਹੌਲੀ-ਹੌਲੀ ਉਹਨੂੰ ਖੋੜਦੇ ਰਹਿੰਦੇ ਨੇ ਜਿਸ ਨਾਲ ਸੋਜਿਸ਼ ਤੇ ਪੀੜਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੀਟਾਣੂ ਹਮਲਾ ਬੋਲਦੇ ਨੇ ਸਾਡਾ ਦੰਦ ਹੌਲੀ-ਹੌਲੀ ਖਰਾਬ ਹੋ ਜਾਂਦਾ ਜਿਹਨੂੰ ਕੀੜਾ ਵੀ ਕਿਹਾ ਗਿਆ ਜਾਂ ਕੀਟਾਣੂ ਹੈ ਫੇ ਹੌਲੀ-ਹੌਲੀ ਫਿਰ ਸਾਡੇ ਦੰਦ ਜਿਹੜੇ ਨੇ ਦੁੱਖ ਨੇ ਸ਼ੁਰੂ ਹੁੰਦੇ ਨੇ ਜੇ ਹਰ ਖਾਣੇ ਤੋਂ ਬਾਅਦ ਚੰਗੀ ਤਰ੍ਹਾਂ ਚੁਲੀ ਜਾਂ ਬੁਰਸ਼ ਕਰ ਲਿਆ ਜਾਏ ਤਾਂ ਇਹ ਕੀਟਾਣੂ ਕੁਝ ਨਹੀਂ ਕਰ ਸਕਦੇ ਕੀ ਤਰੀਕਾ ਹੈ ਇਹਨਾਂ ਤੋਂ ਬਚਣ ਦਾ ਇਹਨਾਂ ਦੇ ਹਮਲੇ ਤੋਂ ਬਚਣ ਦਾ ਹਰ ਖਾਣੇ ਤੋਂ ਬਾਅਦ ਚੰਗੀ ਤਰ੍ਹਾਂ ਚੁੱਲੀ ਜਾਂ ਬੁਰਜ ਤਾਂ ਫਿਰ ਕੀ ਹੋਏਗਾ ਇਹ ਕਿ ਟਾਣੂ ਸਾਡੇ ਦੰਦਾਂ ਤੇ ਹਮਲਾ ਨਹੀਂ ਕਰਨਗੇ ਜੇ ਆਪਾਂ ਇਹ ਦੋਨੇ ਕੰਮ ਦੋਨਾਂ ਚੋਂ ਇੱਕ ਕੰਮ ਕਰ ਲਾਂਗੇ ਫਿਰ ਅਗਲੀ ਚੀਜ਼ ਕੀ ਕਹੀ ਹੈ ਮਿੱਠੀਆਂ ਚੀਜ਼ਾਂ ਖਾਣ ਨਾਲ ਜਾਂ ਬਹੁਤੀ देर ਮਿੱਠੀਆਂ ਦਵਾਈਆਂ ਪੀਣ ਨਾਲ ਵੀ ਦੰਦਾਂ ਵਿੱਚ ਮੋਰੀਆਂ ਹੋ ਜਾਂਦੀਆਂ ਨੇ ਦੂਜੀ ਕੀ ਚੀਜ਼ ਹੈ ਮਿੱਠੀਆਂ ਚੀਜ਼ਾਂ ਜਿਹੜੀਆਂ ਜਿਆਦਾ ਜੇ ਆਪਾਂ ਮਿੱਠੀਆਂ ਚੀਜ਼ਾਂ ਖਾਣੇ ਆ ਤੇ ਉਸ ਤੋਂ ਬਾਅਦ ਚੁੱਲੀ ਨਹੀਂ ਕਰਦੇ ਤਾਂ ਫਿਰ ਸਾਡੇ ਦੰਦਾਂ ਵਿੱਚ ਹੌਲੀ-ਹੌਲੀ ਮੋਰੀਆਂ ਹੋ ਜਾਂਦੀਆਂ। ਕੌਣ ਕਰਦਾ ਹੈ? ਕਿਟਾਣੂ। ਕਈ ਮਾਮਾ ਬੋਤਲ ਦਾ ਦੁੱਧ ਬੱਚੇ ਦੇ ਮੂੰਹ ਵਿੱਚ ਤੁੰਨੀ ਰੱਖਦੀਆਂ ਹਨ। ਤੇ ਉਸ ਨਾਲ ਦੰਦਾਂ ਦਾ ਭਾਰਾ ਨੁਕਸਾਨ ਹੋ ਜਾਂਦਾ ਹੈ। ਜਦੋਂ ਰਾਤ ਨੂੰ ساری ਰਾਤ ਬੱਚੇ ਦੇ ਮੂੰਹ ਵਿੱਚ ਬੋਤਲ ਪਈ ਰਹੇਗੀ ਤਾਂ ਫਿਰ ਕੀ ਹੋਏਗਾ? ਦੰਦਾਂ ਨੂੰ ਬਹੁਤ ਨੁਕਸਾਨ ਹੋਏਗਾ। ਜੀਵ ਇੱਕਦਮ ਘਬਰਾਇਆ ਹੋਇਆ ਬੋਲਿਆ। ਮਾਸੀ ਜੀ, ਹੁਣ ਮੇਰੇ ਦੰਦ ਠੀਕ ਨਹੀਂ ਹੋਣਗੇ। ਹਿੱਤੀ ਬੋਲਿਆ ਅੱਜ ਸਵੇਰੇ ਮੈਂ ਮਾਸੀ ਜੀ ਦੀ ਇੱਕ ਕਿਤਾਬ ਪੜ੍ਹੀ ਸੀ ਮਾਸੀ ਜੀ ਨੇ ਲਿਖਿਆ ਹੈ ਹਜ਼ਾਰਾਂ ਸਾਲ ਮਰਨ ਤੋਂ ਬਾਅਦ ਵੀ ਦੰਦ ਮਿੱਟੀ ਵਿੱਚ ਦੱਬਿਆ ਹੋਇਆ ਸਾਬਤ ਲੱਭ ਜਾਂਦਾ ਹੈ ਜਦਕੀ ਮੂੰਹ ਵਿੱਚ ਖਾਣੇ ਦੇ ਕੰਨ ਫਸੇ ਹੋਣ ਕਰਕੇ ਕਿਤਾਂ ਨੂੰ ਹਮਲਾ ਬੋਲ ਦਿੰਦੇ ਨੇ ਤੇ ਦੰਦ ਨੂੰ ਖੋਰ ਕੇ ਰੱਖ ਦਿੰਦੇ ਹਨ ਕੀ ਕਰਦੇ ਨੇ ਖੋਰ ਖੋਰ ਕੇ ਰੱਖ ਦਿੰਦੇ ਹਨ ਕਿਦੋਂ ਜੇ ਖਾਣੇ ਦੇ ਕਣ ਫਸੇ ਹੋਣਗੇ ਤਾਂ ਦੰਦ ਖਰਾਬ ਹੋ ਜਾਂਦਾ ਪਰ ਜੇ ਉਸੇ ਤਰ੍ਹਾਂ ਹਜ਼ਾਰਾਂ ਸਾਲ ਵੀ ਦੱਬਿਆ ਰਵੇ ਤਾਂ ਦੰਦ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਫਿਰ ਕਾਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਖਾਣੇ ਫਸੇ ਹੋਣ ਦਾ ਜੇ ਖਾਣੇ ਦੇ ਕਣ ਫਸੇ ਨੇ ਤੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਅਭੀ ਕਹਿਣ ਲੱਗਾ ਕਿ ਟਾਣੂ ਯਾਨੀ ਸਟ੍ਰੈਪਟੋਫੋਕਸ ਯਾ ਆਪਣਾ ਹੈਰੀ ਨੇ ਕਿਹਾ ਸਟ੍ਰੈਪਟੋਕੋਕਸ ਨਹੀਂ ਸਟੈਪਟੋਕੋਕਸ ਹੈ ਫੋਕਸ ਨਹੀਂ ਜੀਵ ਨੇ ਫੇਟੋਕਿਆ ਇੱਕ ਕਿਹਦਾ ਨਾਮ ਸੀ ਕਿਟਾਣੂ ਦਾ ਕਿਹੜਾ ਕਿਟਾਣੂ ਜਿਹੜਾ ਦੰਦਾਂ ਨੂੰ ਖਰਾਬ ਕਰ ਦਿੰਦਾ ਹੈ ਜੀਵ ਨੇ ਫੇਟੋਕਿਆ ਕੀ ਕਹਿੰਦਾ ਮਾਸੀ ਮੇਰੇ ਦੰਦ ਦਾ ਕੀ ਬਣੇਗਾ ਮਾਸੀ ਨੇ ਕਿਹਾ ਆਪਣੇ ਦੰਦ ਦੀ ਮੋਰੀ ਹੁਣ ਗੁਰਪਾਲ ਮਾਸੜ ਜੀ ਨਾਲ ਜਾ ਕੇ ਇਹ ਨਾਮ ਤੁਸੀਂ ਯਾਦ ਰੱਖਣਾ ਹੈ ਪੁੱਛਿਆ ਜਾ ਸਕਦਾ ਹੈ ਕੀ ਗੁਰਪਾਲ ਮਾਸੜ ਜੀ ਨਾਲ ਜਾ ਕੇ ਹਸਪਤਾਲੋਂ ਪਰਵਾਹ ਲਈ ਪਰ ਮੈਨੂੰ ਹੁਣ ਇਹ ਕੌਣ ਦੱਸੇਗਾ ਕਿ ਦੰਦਾਂ ਵਿੱਚ ਮੋਰੀਆਂ ਬਣਨ ਤੋਂ ਕਿਵੇਂ ਰੋਕਣੀਆਂ ਨੇ ਹਿੱਤੀ ਕਹਿਣ ਲੱਗਾ ਇੰਨਾ ਸੋਖਾ ਸਵਾਲ ਮੈਂ ਹੁਣੇ ਦੱਸ ਦਿੰਦਾ ਕੀ ਕਹਿੰਦਾ ਹੈ ਹਰ ਖਾਣੇ ਤੋਂ ਬਾਅਦ ਕੁਰਲੀ ਕਰੋ ਜਾਂ ਬੁਰਸ਼ ਕਰੋ ਤੇ ਟੌਫੀਆਂ ਚਾਕਲੇਟਾਂ ਨਹੀਂ ਖਾਣੀਆਂ ਚਾਹੀਦੀਆਂ ਤੁਹਾਨੂੰ ਵੀ ਸਮਝ ਆ ਗਿਆ ਕੀ ਕਰਨਾ ਹੈ ਹਰ ਖਾਣੇ ਤੋਂ ਬਾਅਦ ਕੁਰਲੀ ਜਾਂ ਬੁਰਸ਼ ਕਰਨਾ ਹੈ ਟੌਫੀਆਂ ਚਾਕਲੇਟਾਂ ਕਿਉਂ ਇਹ ਮਿੱਠੀਆਂ ਹੁੰਦੀਆਂ ਤੇ ਇਹ ਦੰਦਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਅਗਲੀ ਗੱਲ ਕੀ ਹੈ ਵਾਰ-ਵਾਰ ਕੁਝ ਨਾ ਕੁਝ ਮੂੰਹ ਵਿੱਚ ਜਾਣਾ ਵੀ ਠੀਕ ਨਹੀਂ ਇਹ ਨਹੀਂ ਕਿ ਆਪਾਂ ਸਾਰਾ ਦਿਨ ਕੁਝ ਨਾ ਕੁਝ ਖਾਂਦੇ ਰਹੀਏ ਕੀ ਕਰੋ ਫਿਰ ਤਿੰਨ ਵੇਲੇ ਪੂਰੀ ਰੋਟੀ ਰੱਜ ਕੇ ਖਾਓ ਦੰਦ ਵੀ ਠੀਕ ਤੇ ਟੇਢ ਵੀ ਠੀਕ ਕਿ ਫਿਰ ਪੇਟ ਨੂੰ ਵੀ ਕੋਈ ਨੁਕਸਾਨ ਨਹੀਂ ਹੋਏਗਾ ਚੂਸਣ ਵਾਲੀਆਂ ਟੌਫੀਆਂ ਜ਼ਿਆਦਾ ਨੁਕਸਾਨ ਕਰਦੀਆਂ ਨੇ ਕਿਉਂ ਕਿ ਮਿੱਠਾ ਦੰਦਾ ਨਾਲ ਜ਼ਿਆਦਾ देर ਚਿਪਕਿਆ ਰਹਿ ਜਾਂਦਾ ਫਿਰ ਫਲੋਰਾਈਡ ਵਾਲੀ ਟੂਥ ਟੂਥ ਪੇਸਟ ਕਿਹੜੀ ਫਲੋਰਾਈਡ ਵਾਲੀ ਟੂਥ ਪੇਸਟ ਕਰਨ ਨਾਲ ਦੰਦਾਂ ਦੀਆਂ ਮੋਰੀਆਂ ਤੋਂ ਬਚਾਅ ਹੋ ਜਾਂਦਾ ਹੈ ਇਹ ਇੱਕ ਤਰ੍ਹਾਂ ਦਾ ਅਮਲ ਹੈ ਜਿਹਦੇ ਨਾਲ ਟੂਥਪੇਸ ਦੇ ਵਿੱਚ ਹੁੰਦਾ ਹੈ ਇਹ ਸਾਡੇ ਦੰਦਾਂ ਨੂੰ ਬਚਾਂਦਾ ਹੈ ਮੋਰੀਆਂ ਤੋਂ ਅਭੀ ਬੋਲਿਆ ਚਲੋ ਬਈ ਸਾਰੇ ਦਵਾ ਦਵ ਫਲੋਰਾਈਡ ਦੇ ਫੱਕੇ ਮਾਰ ਲਵੋ ਐਵੇਂ ਵੀ ਨਹੀਂ ਕਰਨਾ ਯਾ ਫਲੋਰਾਈਡ ਵਾਲੀਆਂ ਪੇਸਤਾ ਚਬ ਲਵੋ ਅਤੇ ਸਭ ਦੇ ਦੰਦ ਠੀਕ ਠਾਕ ਰਹਿਣਗੇ ਮਾਸੀ ਜੀ ਕੀ ਕਹਿੰਦੇ ਫਿਰ ਹਰਸ਼ ਮਾਸੀ ਬੋਲੇ ਮੈਨੂੰ ਪਤਾ ਸੀ ਤੁਸੀਂ ਇਹੀ ਸੋਚੋਗੇ ਫਲੋਰਾਈਡ ਕੋਈ ਬਰਫੀ ਨਹੀਂ ਹੈ ਇਹ ਕੋਈ ਮਠਿਆਈ ਨਹੀਂ ਇਕਦਮ ਜ਼ਿਆਦਾ ਫਲੋਰਾਈਡ ਖਾਣ ਨਾਲ ਉਲਟੀਆਂ ਜ਼ਿਆਦਾ ਥੁਕ ਆਉਣੀ ਦੌਰੇ ਪੈਣੇ ਸਾਹ ਦਾ ਉਖੜਨਾ ਜਾਂ ਦਿਲ ਵੀ ਫੇਲ ਹੋ ਸਕਦਾ ਹੈ ਇਹ ਯਾਦ ਰੱਖਣਾ ਕਿ ਜ਼ਿਆਦਾ ਫਲੋਰਾਈਡ ਨਾਲ ਕੀ ਹੋਏਗਾ ਕਿ ਕਦੇ ਫੱਕਾ ਦੇ ਮਾਰਨਾ ਹੀ ਨਹੀਂ ਕਿਉਂ ਉਹਦੇ ਨਾਲ ਬਹੁਤ ਨੁਕਸਾਨ ਹੋਏਗਾ ਉਲਟੀਆਂ ਵੀ ਆ ਸਕਦੀਆਂ ਥੁੱਕ ਆই ਜਾਏਗਾ ਦੌਰੇ ਵੀ ਪੈ ਸਕਦੇ ਐ ਸਾਹ ਦਾ ਵੀ ਦਾ ਵੀ ਉਖੜ ਸਕਦਾ ਹੈ ਜਾਂ ਦਿਲ ਵੀ ਫੇਲ ਹੋ ਸਕਦਾ ਹੈ ਦੰਦਾਂ ਵਿੱਚ ਚਿੱਟੇ ਤੇ ਭੂਰੇ ਚਟਾਕ ਵੀ ਪੈ ਸਕਦੇ ਹਨ ਇਸ ਲਈ ਕੀ ਕਰਨਾ ਹੈ 6 ਸਾਲ ਤੋਂ ਛੋਟੇ ਬੱਚੇ ਨੂੰ ਫਲੋਰਾਈਡ ਵਾਲਾ ਟੂਥਪੇਸ ਨਹੀਂ ਵਰਤਣ ਦੇਈਦਾ ਕਿਉਂਕਿ ਛੋਟੇ ਬੱਚੇ ਪੇਸਟ ਕਰਨ ਲੱਗਿਆਂ ਉਸ ਨੂੰ ਅੰਦਰ ਲੰਗਾ ਆ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਕਿ ਇਹ ਨੁਕਸਾਨ ਵਾਲੀ ਚੀਜ਼ ਹੈ ਇਸ ਲਈ ਉਹਨਾਂ ਨੂੰ ਮਿੱਠੀ-ਮਿੱਠੀ ਲੱਗਦੀ ਸਵਾਦ ਲੱਗਦੀ ਤੇ ਉਹ ਨੰਗਾ ਲੰਦੇ ਅੰਦਰ ਬੁਰਸ਼ ਕਰਨ ਤੋਂ ਬਾਅਦ ਟੂਥਪੇਸ ਅੰਦਰ ਨਹੀਂ ਲੰਗਾਈ ਦੀ ਫਿਰ ਕੀ ਕਰਨਾ ਚੰਗੀ ਤਰ੍ਹਾਂ ਚੁਲੀ ਕਰਕੇ ਉਹਨੂੰ ਦੰਦਾਂ ਨੂੰ ਸਾਫ ਕਰ ਲੈਣਾ ਚਾਹੀਦਾ ਹੈ ਐਨੇ ਨੂੰ ਮੇਜਰ ਮਾਸੜ ਜੀ ਤੇ ਰੂਪ ਮਾਸੀ ਸਹਿਰ ਤੋਂ ਵਾਪਸ ਆ ਗਈ ਤੇ ਰੂਪ ਮਾਸੀ ਕਹਿਣ ਲੱਗੀ ਉਹ ਹਰਸ਼ ਬਈ ਤੂੰ ਕਿਹੜਾ ਸ਼ਹਿਦ ਰੱਖਿਆ ਕੋਲ ਸਾਰੇ ਮੱਖੀਆਂ ਵਾਂਗ ਚਿਪਕੇ ਬੈਠੇ ਨੇ ਹਰਸ਼ ਮਾਸੀ ਜੀ ਸੀ ਨਾ ਜੀਬ ਦੇ ਕੀ ਕਹਿੰਦੇ ਸਾਰੇ ਮੱਖੀਆਂ ਵਾਂਗ ਚਿਪਕੇ ਬੈਠੇ ਨੇ ਵੇਖੀ ਤੇਰੇ ਪਿੱਛੇ ਨਾਨੂ ਤਾਂ ਲੱਗਦਾ ਸੁੱਤਾ ਹੀ ਪਿਆ ਉਹ ਛੋਟਾ ਬੱਚਾ ਸੀ ਨਾ ਕੀ ਕਹਿੰਦੇ ਉਹ ਤਾਂ ਸੋਈ ਗਿਆ ਹੈ ਹਰਸ਼ ਮਾਸੀ ਨੇ ਨਾਨੂ ਨੂੰ ਚੁੱਕਿਆ ਤਾਂ ਉਹ ਤਰ ਬੱਕੇ ਉੱਠ ਗਿਆ ਮਾਸੀ ਨੇ ਥਾਪੜ ਕੇ ਉਸ ਨੂੰ ਸਵਾਹ ਦਿੱਤਾ ਕਿਉਂਕਿ ਉਹ ਰਾਤ ਨੂੰ ਕਈ ਵਾਰ ਜਾਗਿਆ ਸੀ ਤੇ ਬਾਕੀ ਸਭ ਨੂੰ ਨੌਨ ਲਈ ਪੇਜ ਦਿੱਤਾ ਸੋ اے ਸੀ ਬੱਚਿਓ ਆਪਣੀ ਕਹਾਣੀ ਜਦੋਂ ਦੰਦ ਬੋਲ ਪਿਆ ਕੀ ਪਤਾ ਲੱਗਦਾ ਸਾਨੂੰ ਇਹਦੇ ਵਿੱਚੋਂ ਕਿ ਜੇ ਅਸੀਂ ਆਪਣੇ ਦੰਦਾਂ ਦਾ ਦੀ ਸੰਭਾਲ ਸਹੀ ਤਰ੍ਹਾਂ ਨਹੀਂ ਕਰਾਂਗੇ ਤਾਂ ਕੀ ਨੁਕਸਾਨ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਸੰਭਾਲ ਕਰਨੀ ਹੈ ਉਹ ਵੀ ਇਸ ਵਿੱਚ ਦੱਸਿਆ ਕਿ ਸਾਨੂੰ ਹਰ ਖਾਣੇ ਤੋਂ ਬਾਅਦ ਚੰਗੀ ਤਰ੍ਹਾਂ ਚੁਲੀ ਕਰਨੀ ਚਾਹੀਦੀ ਹੈ ਜਾਂ ਫਿਰ ਬੁਰਸ਼ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਦੰਦ ਹਮੇਸ਼ਾ ਠੀਕ ਰਹਿਣਗੇ Dann warten.